ਪਠਾਨਕੋਟ ਵਿੱਚ ਉੱਤਰੀ ਰੇਲਵੇ ਦੇ ਜੀਐਮ ਵਿਸ਼ਵੇਸ਼ ਚੌਬੇ ਰੇਲਵੇ ਸਟੇਸ਼ਨ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਮੌਕੇ ਉਹਨਾਂ ਰੇਲਵੇ ਯਾਤਰੀਆਂ ਨੂੰ ਵੇਚੇ ਜਾਣ ਵਾਲੇ ਖਾਣੇ ਦਾ ਜਾਇਜ਼ਾ ਲਿਆ ਅਤੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਰੇਲ ਕਰਮਚਾਰੀਆਂ ਦੇ ਕਾਗਜ਼ ਵੀ ਚੈੱਕ ਕੀਤੇ। ਗਾੜੀਆਂ ਬਹੁਤ ਧੀਮੇ ਚੱਲ ਰਹੀ ਹੈ, ਪੂਰੇ ਕੇ ਲੀਏ ਰੇਲ ਕੇ ਆਪਰੇਸ਼ਨ ਮੇਂ ਕੁਛ ਖਾਸ ਪ੍ਰਾਵਧਾਨ ਕੀਏ ਗਏ ਹੈ, ਤੋ ਉਨਕਾ ਜੋ ਇੰਪਲੀਮੈਂਟੇਸ਼ਨ ਹੈ ਵੋ ਦੇਖਣਾ ਇੱਕ ਮੇਜਰ ਆਜ ਕੱਲ੍ਹ ਦੇ ਪ੍ਰੋਬਲਮ ਹੈ। ਧੁੰਦ ਕੀ ਵਜ੍ਹਾ ਸੇ ਕੁਛ ਨਏ ਆਰਡਰ ਵੀ ਕੀਏ ਗਏ ਹੈ? ਨਏ ਆਰਡਰ ਮਤਲਬ ਜੈਸੇ ਫੌਗ ਸਿਸਟਮ ਹੋਤਾ ਹੈ ਕਿ ਫੌਗ ਫੌਗ ਸੇਫ ਡਿਵਾਈਸ ਇੱਕ ਹੁੰਦੀ ਹੈ ਹਮਾਰੀ, ਜਿਸਮੇਂ ਕਿ ਡਰਾਈਵਰ ਕੋ ਪਤਾ ਚਲਤਾ ਰਹਿਤਾ ਹੈ ਕਿ ਆਗੇ ਕਿਆ ਆਨੇ ਵਾਲਾ ਹੈ, GPS ਕੇ ਮਦਦ ਸੇ। ਵੋ ਹਮਨੇ ਪਹਿਲੇ ਵੀ ਹਮ ਦੇਤੇ ਥੇ, ਪਰ 100% ਨਹੀਂ ਥੀ, ਅਬ ਇਸ ਸਾਲ ਸੇ ਹਮਨੇ 100% ਵੋ ਸਾਰੇ ਸਬਕੋ ਪ੍ਰੋਵਾਈਡ ਕਰ ਦੀਏ, ਹਰ ਗਾੜੀ ਮੇਂ ਹਰ ਡਰਾਈਵਰ ਕੇ ਪਾਸ ਦੇ ਰਹੇ ਹੈ। तो सर अब आपकी लास्ट विजिट में सर जो नैरो गेज के लिए बात की गई थी, सर उसके लिए अभी तक क्या डिसीजन लिया है? नैरो गेज के लिए बात की गई थी ये कि नैरो गेज का जो सोल्यूशन है, नैरो गेज ही बंद नहीं कर सकते यहाँ पे लाना, और जो फाटक होने के कारण जो तकलीफें शहर के लोगों को होती हैं वो भी हैं, तो इसका सोल्यूशन है कि हम एक एलिवेटेड ट्रैक बनाए। वो अभी तक इसकी हमें मंजूरी नहीं मिली है, अगर हमें मिल जाएगी तो उस पर काम करेंगे। शिफ्टिंग की भी सर बात हो रही है, इसको बात हमारी तरफ से ऐसी कोई जानकारी नहीं, कोई बात हो रही है, आपस में कोई बात कर रहे हैं।